ਦੀ ਪੁਲਿਸ ਵੱਲੋਂ ਤਿੰਨ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 2 ਕਿਲੋ 660 ਗ੍ਰਾਮ ਅਫੀਮ, 32 ਬੋਰ ਦਾ ਪਿਸਟਲ ਅਤੇ ਜ਼ਿੰਦਾ ਕਾਰਤੂਸ ਸਮੇਤ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ। ਐਸਪੀਡੀ ਜਗਜੀਤ ਸਿੰਘ ਵਾਲੀਆਂ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅੰਮ੍ਰਿਤਸਰ ਵਾਸੀ ਲਵਜੀਤ ਸਿੰਘ, ਖਾਲੜਾ ਵਾਸੀ ਹਰਜੀਤ ਸਿੰਘ ਤੇ ਅੰਮ੍ਰਿਤਸਰ ਦੇ ਪਿੰਡ ਸੋਢੀਆਵਾਲਾ ਵਾਸੀ ਮਨਦੀਪ ਸਿੰਘ ਵਜੋਂ ਹੋਈ ਹੈ। ਤਰਨਤਾਰਨ ਪੁਲਿਸ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਸੀ, ਉਸੇ ਤਹਿਤ ਹੀ ਜਿਹੜੇ ਅੱਜ ਸਰਾਏ ਮਾਨਸਾ ਏਰੀਆ ਦੇ ਵਿੱਚ ਜਿਹੜੀ ਸਾਡੀ ਪਾਰਟੀਆਂ ਚੈਕਿੰਗ ਦੇ ਵਿੱਚ ਲੱਗੀਆਂ ਸੀਗੀਆਂ, ਐਸਏ ਬਲਦੇਵ ਸਿੰਘ CA ਸਟਾਫ ਤੋਂ ਉਸ ਏਰੀਏ 'ਚ ਸੀਗੇ ਜਿੱਥੇ 2 ਗੱਡੀਆਂ ਜਿਹਨਾਂ ਵਿੱਚੋਂ ਕੁਝ ਨੌਜਵਾਨ ਭੱਜੇ, ਜਿਹੜੇ ਮੌਕੇ ਤੋਂ ਫੜੇ ਗਏ। 3 ਨੌਜਵਾਨ ਫੜੇ ਗਏ ਨੇ, ਬਾਕੀ 2 ਅਤੇ ਉਸ ਤੋਂ ਬਾਅਦ ਕੁਝ ਭੱਜ ਗਏ। ਜਿਹੜੇ 3 ਨੌਜਵਾਨ ਜਿਹੜੇ ਫੜੇ ਨੇ ਉਹ ਲਵਜੀਤ ਸਿੰਘ, ਹਰਜੀਤ ਸਿੰਘ ਅਤੇ ਮਨਦੀਪ ਸਿੰਘ, ਇਹ 3 ਜਣੇ ਮੌਕੇ ਤੋਂ ਫੜੇ ਗਏ। ਇਹਨਾਂ ਕੋਲ ਵੱਖ ਵੱਖ ਜਿਹੜੇ ਹੀਰੋਇਨ ਜਿਹੜੀ ਉਹਦੀ ਅਫੀਮ ਜਿਹੜੀ ਬਰਾਮਦ ਹੋਈ ਹੈ, ਉਹ ਟੋਟਲ ਅਫੀਮ 2 ਕਿਲੋ 660 ਗ੍ਰਾਮ ਦੇ ਕਰੀਬ ਜਿਹੜੀ ਅਫੀਮ ਬਰਾਮਦ ਹੋਈ ਹੈ। 1 32 ਬੋਰ ਦਾ ਪਿਸਟਲ ਵੀ ਬਰਾਮਦ ਹੋਇਆ ਹੈਗਾ, 1 ਸਫਾਰੀ ਗੱਡੀ ਅਤੇ 1 ਜ਼ੈਨ ਗੱਡੀ ਜਿਨ੍ਹਾਂ ਦੇ ਵਿੱਚ ਇਹ ਆਏ ਸੀਗੇ ਉਹ ਵੀ ਕਬਜ਼ੇ 'ਚ ਲੈ ਲਈਆਂ ਗਈਆਂ। ਪਰਚਾ ਦਰਜ ਕਰ ਦਿੱਤਾ ਗਿਆ, ਅੱਗੇ ਤਫਤੀਸ਼ ਚੱਲ ਰਹੀ ਹੈ। ਜੋ ਮੁੱਢਲੀ ਜਾਣਕਾਰੀ ਤੋਂ ਇੰਨਾ ਹੀ ਪਤਾ ਲੱਗਾ ਕਿ ਜਿਹੜਾ ਬੰਦਾ 1 ਭੱਜਿਆ ਮੌਕੇ ਤੋਂ, ਨਵਦੀਪ ਸਿੰਘ, ਉਹ ਇਹਨਾਂ ਨੂੰ ਅਫੀਮ ਦੀ ਜਿਹੜਾ ਦੇਣ ਆਇਆ ਸੀਗਾ, ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀਗੀ, ਉਹ ਜਿਹੜੇ ਨਵਦੀਪ ਵੀ ਜਲਦੀ ਉਹਦੀ ਪਾਰ ਕੀਤੀ ਜਾ ਰਹੀ, ਉਹ ਵੀ ਜਲਦੀ ਫੜਿਆ ਜਾਏਗਾ। ਇਹ ਸਾਰਾ ਚੀਜ਼ਾਂ ਅੱਗੇ ਵੈਰੀਫਾਈ ਕੀਤੀਆਂ ਜਾਣਗੀਆਂ ਕਿ ਗੱਡੀ ਕਿਹੜੀਆਂ ਹੈਗੀਆਂ ਨੇ, ਸਹੀ ਨੇ, ਚੋਰੀ ਨੇ, ਉਸ ਤੋਂ ਇਲਾਵਾ ਵੈਪਨ ਨੇ ਕਿੱਥੋਂ ਆਏ, ਜਾਇਜ਼ ਨਜਾਇਜ਼ ਜੋ ਵੀ, ਉਹ ਸਾਰੀ ਚੀਜ਼ ਅੱਗੇ ਤਫਤੀਸ਼ ਸਾਹਮਣੇ ਆ ਜਾਏ। ਤਰਨ ਤਾਰਨ ਤੋਂ ਸੁਖਜਿੰਦਰ ਸਿੰਘ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran Satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647 84374 94648।